बहुत ही प्यारे विद्यार्थियों, पंजाबी स्टडी पॉइंट ते एक बार फिर तुहाडा बहुत बहुत स्वागत। मैं अमरजीत कौर, रिटायर्ड लैक्चर पंजाबी, तुहाडे नाल एक होर वीडियो लैके हाज़र हूँ। जेकर वीडियो चंगी लगे तो लाइक शेयर अते कमेंट करना ते सबसक्राइब भी करना। तो अज की वीडियो दे विच पंजाबी सभ्याचार का एक बहुत ही जिहड़ा महत्वपूर्ण अंग लोक साहित दे बारे गल करनी है। तो लोक साहित भाव साहित का वो अंग जो कि लिखिया भावें किसी वालों गया हो, परंतु वह साडे कोल लिखती रूप मौजूद नहीं सी। इसनू लिपिबद्ध करन दी कोशिश भावें की जा रही है, परंतु अजे तक गोड़े विचों पूणी कत्तण दे बराबर भी काम नहीं होया। तां लोक साहित दे दो रूप ने, वार्तिक अते कविता। तो कविता रूप दे विच सुहाग, घोड़ियाँ, अलौणियाँ, बुझारतां, सिठणियाँ, टप्पे, बोलियाँ आदि शामिल ने। जबकि वार्तिक दे विच साखियाँ, बातां जिहड़ा हैगा आदि जिहड़ा हैगा शामिल हैगे ने, मिथ कथावां, परिकथावां आदि। तां जिहड़ा है विशिष्ट साहित, जिसका कि कोई लेखक हुंदा है, ਉਹ ਲੋਕ ਸਾਹਿਤ ਤੋਂ ਹੀ ਪ੍ਰਭਾਵਿਤ ਹੋ ਕੇ ਲਿਖਣਾ ਸ਼ੁਰੂ ਹੋਇਆ ਹੈ। ਤਾਂ ਲੋਕ ਸਾਹਿਤ ਤੋਂ ਭਾਵ ਇਹ ਹੁੰਦਾ ਹੈ ਕਿ ਉਹ ਲਿਖਿਆ ਤਾਂ ਕਿਸੇ ਵੱਲੋਂ ਜਾਂਦਾ ਹੈ, ਪਰੰਤੂ ਉਹ ਲੋਕ ਮਨਾਂ ਦੇ ਇੰਨਾ ਨੇੜੇ ਹੁੰਦਾ ਹੈ ਕਿ ਲੋਕਾਂ ਨੂੰ ਉਹ ਆਪਣਾ ਹੀ ਸਾਹਿਤ ਲੱਗਦਾ ਹੈ। ਅਤੇ ਇਸ ਤਰ੍ਹਾਂ ਹੌਲੀ ਹੌਲੀ ਉਸਦਾ ਜਿਹੜਾ ਲੇਖਕ ਹੈ ਕਿਤੇ ਉਹਦਾ ਨਾਮ ਗਾਇਬ ਹੋ ਜਾਂਦਾ ਹੈ, ਅਤੇ ਇਸ ਤਰ੍ਹਾਂ ਉਹ ਲੋਕ ਸਾਹਿਤ ਦਾ ਰੂਪ ਧਾਰਨ ਕਰ ਲੈਂਦਾ ਹੈ। ਅਤੇ ਅੱਜ ਅਸੀਂ ਲੋਕ ਸਾਹਿਤ ਦੇ ਦੂਸਰੇ ਰੂਪ ਘੋੜੀਆਂ ਦੀ ਗੱਲ ਕਰਨੀ ਹੈ। ਇਸ ਤੋਂ ਪਹਿਲਾਂ ਇੱਕ ਵੀਡੀਓ ਦੇ ਵਿੱਚ ਲੋਕ ਸਾਹਿਤ ਦੇ ਇੱਕ ਰੂਪ ਸੁਹਾਗ ਦੀ ਗੱਲ ਕੀਤੀ ਗਈ ਸੀ। ਤਾਂ ਘੋੜੀ ਸੁਹਾਗ ਜਿਹੜੇ ਹੈਗੇ ਨੇ, ਕੁੜੀ ਦੇ ਵਿਆਹ ਸਮੇਂ ਉਸ ਦੇ ਘਰ ਦੇ ਵਿੱਚ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਕਿਹਾ ਜਾਂਦਾ ਹੈ, ਜਿਸ ਨੂੰ ਕੁੜੀਆਂ ਅਤੇ ਇਸਤਰੀਆਂ ਰਲ ਕੇ ਗਾਉਂਦੀਆਂ ਹਨ ਅਤੇ ਘਰ ਵਿੱਚ ਰੌਣਕ ਪੈਦਾ ਕਰਦੀਆਂ ਹਨ। ਇਸੇ ਤਰ੍ਹਾਂ ਮੁੰਡੇ ਦੇ ਵਿਆਹ ਸਮੇਂ ਵੀ ਜਿਹੜਾ ਹੈ ਉਸਦੇ ਘਰ ਦੇ ਵਿੱਚ ਇਸਤਰੀਆਂ ਅਤੇ ਕੁੜੀਆਂ ਰਲ ਕੇ ਕੁਝ ਗੀਤ ਗਾਉਂਦੀਆਂ ਹਨ, ਅਤੇ ਜਿਨ੍ਹਾਂ ਨੂੰ ਜਿਹੜਾ ਹੈ ਘੋੜੀਆਂ ਕਿਹਾ ਜਾਂਦਾ ਹੈ। ਇਸ ਦਾ ਆਰੰਭ ਵੀ ਖੁਸ਼ੀ ਨੂੰ ਮਨਾਉਣ ਦੇ ਲਈ, ਰੌਣਕ ਪੈਦਾ ਕਰਨ ਲਈ ਹੋਇਆ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਹੁਣ ਦੀ ਤਰ੍ਹਾਂ ਜਿਹੜੇ ਹੈਗੇ ਨੇ ਸਾਧਨ ਨਹੀਂ ਸਨ। ਤਾਂ ਜਿਹੜਾ ਹੈ ਨਾਲ ਨਾਲ ਕੰਮ ਕੀਤਾ ਜਾਂਦਾ ਸੀ, ਅਤੇ ਨਾਲ ਨਾਲ ਜਿਹੜਾ ਹੈ ਇਹ ਗੀਤ ਗਾਏ ਜਾਂਦੇ ਸੀ, ਅਤੇ ਕੰਮ ਵੀ ਸੌਖਾ ਲੱਗਦਾ ਸੀ ਅਤੇ ਰੌਣਕ ਵੀ ਬਣੀ ਰਹਿੰਦੀ ਸੀ। ਹੁਣ ਜੇਕਰ ਅਸੀਂ ਘੋੜੀਆਂ ਦੀ ਗੱਲ ਕਰੀਏ ਤਾਂ ਘੋੜੀਆਂ ਵਿੱਚ ਵਿਆਹ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਭਾਗਾਂ ਵਾਲਾ ਦੱਸਿਆ ਗਿਆ ਸੀ ਕਿ ਉਹ ਜਿਹੜਾ ਹੈ ਜਦੋਂ ਜੰਮਿਆ ਤਾਂ ਉਹ ਭਾਗਾਂ ਵਾਲਾ ਸੀਗਾ, ਅਤੇ ਉਸਨੂੰ ਨਵਾਇਆ ਧਵਾਇਆ ਗਿਆ, ਰੇਸ਼ਮ ਦੇ ਕੱਪੜੇ 'ਚ ਲਪੇਟਿਆ ਗਿਆ, ਅਤੇ ਉਸਨੂੰ ਜਿਹੜਾ ਹੈਗਾ ਉਸਦੇ ਜਨਮ 'ਤੇ ਜਿਹੜਾ ਹੈ ਉਸਦੀਆਂ ਭੈਣਾਂ ਨੂੰ ਰੇਸ਼ਮ ਦੇ ਕੱਪੜੇ ਅਤੇ ਦਾਈਆਂ ਅਤੇ ਮਾਈਆਂ ਨੂੰ 5-5 ਰੁਪਏ ਦਿੱਤੇ ਗਏ। ਤਾਂ ਇਸ ਤਰ੍ਹਾਂ ਜਿਹੜਾ ਹੈ ਉਸਦੇ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਦਾ ਜ਼ਿਕਰ ਕੀਤਾ ਗਿਆ ਹੈ, ਰਿਸ਼ਤੇਦਾਰੀਆਂ ਦੇ ਮੋਹ ਪਿਆਰ ਦਾ ਵਰਣਨ ਕੀਤਾ ਗਿਆ ਹੈ, ਉਹਨਾਂ ਦੇ ਸਮਾਜਿਕ ਰੁਤਬੇ ਅਤੇ ਜਲੌ ਦੀ ਗੱਲ ਕੀਤੀ ਗਈ ਹੈਗੀ ਆ, ਅਤੇ ਇਹ ਦੱਸਿਆ ਗਿਆ ਹੈ ਵੀ ਕਿਸ ਤਰ੍ਹਾਂ ਜਿਹੜਾ ਹੈ ਮੁੰਡਾ ਹੈ ਬਹੁਤ ਹੀ ਸ਼ਾਨ ਦੇ ਨਾਲ ਘੋੜੀ ਚੜ੍ਹ ਰਿਹਾ ਹੈ। ਤਾਂ ਇਹਨਾਂ ਘੋੜੀਆਂ ਦੇ ਵਿੱਚ ਪ੍ਰਾਕਿਰਤਿਕ ਹਵਾਲੇ ਵੀ ਮਿਲਦੇ ਹੈਗੇ ਨੇ, ਅਤੇ ਆਲੇ ਦੁਆਲੇ ਦਾ ਦ੍ਰਿਸ਼ ਚਿੱਤਰਣ ਵੀ ਬਹੁਤ ਵਧੀਆ ਹੋਇਆ ਹੈਗਾ। ਅਤੇ ਜਿਵੇਂ ਇੱਕ ਘੋੜੀ ਹੈਗੀ ਆ ਕਿ ਉਹਦੇ ਵਿੱਚ ਦੱਸਿਆ ਹੋਇਆ ਹੈਗਾ ਕਿ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰੇ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ, ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ, ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ, ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ। ਤਾਂ ਇਸ ਤਰ੍ਹਾਂ ਉਹਨਾਂ ਦੀ ਸ਼ਾਨ ਬਾਰੇ ਦੱਸਿਆ ਗਿਆ ਹੈ। ਤਾਂ ਵਿਆਹ ਵਾਲੇ ਦਿਨ ਦਾ ਜਿਹੜਾ ਹੈ ਜ਼ਿਕਰ ਜਿਹੜਾ ਹੈ ਘੋੜੀਆਂ ਦੇ ਵਿੱਚ ਬਹੁਤ ਸ਼ਾਨ ਨਾਲ ਕੀਤਾ ਗਿਆ ਹੈ। ਉਸ ਦਿਨ ਘੋੜੀ ਚੜ੍ਹਨ ਦਾ ਦ੍ਰਿਸ਼ ਬਹੁਤ ਵਧੀਆ ਘੋੜੀਆਂ ਦੇ ਵਿੱਚ ਹੁੰਦਾ ਹੈ। ਤਾਂ ਉਹਦੇ ਵਿੱਚ ਜਿਹੜਾ ਹੈ ਵਿਆਹ ਵਾਲੇ ਮੁੰਡੇ ਦੇ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਪਹਿਰਾਵੇ ਦੀ ਵੱਧ ਚੜ੍ਹ ਕੇ ਸਿਫਤ ਕੀਤੀ ਗਈ ਹੈ। ਜਿਵੇਂ ਕਿਹਾ ਗਿਆ ਹੈ, ਘੋੜੀ ਤੇਰੀ ਵੇ ਮੱਲਾ ਸੋਹਣੀ, ਸੋਹਦੀ ਕਾਠੀਆਂ ਨਾਲ ਕਾਠੀ 150 ਹਜ਼ਾਰ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣ, ਚੀਰਾ ਤੇਰਾ ਵੇ ਮੱਲਾ ਸੋਹਣਾ, ਸੋਹਦਾ ਕਲਗੀਆਂ ਨਾਲ ਕਲਗੀ 150 ਹਜ਼ਾਰ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਕੈਂਠਾ ਤੇਰਾ ਵੇ ਮੱਲਾ ਸੋਵਣਾ ਸੋਂਦਾ ਜੁਗਨੀਆਂ ਨਾਲ ਜੁਗਨੀ ਡੇਢ ਤੇ ਹਜ਼ਾਰ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਜਾਮਾ ਤੇਰਾ ਵੇ ਮੱਲਾ ਸੋਵਣਾ ਸੋਂਦਾ ਤਣੀਆਂ ਨਾਲ ਤਣੀ ਡੇਢ ਤੇ ਹਜ਼ਾਰ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਜੁੱਤੀ ਤੇਰੀ ਵੇ ਮੱਲਾ ਸੋਵਣੀ ਸੋਂਦੀ ਤਿੱਲੇ ਨਾਲ ਤਿੱਲਾ ਡੇਢ ਤੇ ਹਜ਼ਾਰ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਵਿੱਚ ਵਿੱਚ ਵਾਘਾਂ ਦੇ ਤੁਸੀਂ ਆਇਓ ਢੋਲ ਨਗਾਰਿਆਂ ਦਾ ਦੇ ਨਾਲ ਖਾਣਾ ਰਾਜਿਆਂ ਦਾ ਖਾਇਓ ਧੀ ਸਰਦਾਰਾਂ ਦੀ ਲੈ ਆਇਓ ਸ਼ੈਲ ਨਵਾਬਾਂ ਦੇ ਘਰ ਢੁੱਕਣਾ ਤਾਂ ਇਸ ਤਰ੍ਹਾਂ ਘੋੜੀ ਦੇ ਵਿੱਚ ਜਿਹੜਾ ਹੈ ਸਿਰਫ ਮੁੰਡੇ ਦੇ ਦੀ ਉਸਦੇ ਪਰਿਵਾਰ ਦੀ ਉਸਦੇ ਖਾਨਦਾਨ ਦੀ ਹੀ ਵਡਿਆਈ ਅਤੇ ਚੜ੍ਹਤ ਨਹੀਂ ਦੱਸੀ ਗਈ ਸਗੋਂ ਜਿਸ ਘਰ ਉਹ ਵਿਆਹੁਣ ਜਾ ਰਿਹਾ ਹੈ ਉਹਨਾਂ ਦੀ ਵੀ ਵਡਿਆਈ ਦੱਸੀ ਗਈ ਹੈ ਕੁੜੀ ਦੇ ਗੁਣਾਂ ਦੀ ਸਿਫਤ ਕੀਤੀ ਗਈ ਹੈ ਉਸਦੀ ਸੁੰਦਰਤਾ ਦੀ ਵੀ ਸਿਫਤ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਉਸਦਾ ਜਿਹੜਾ ਸਿਹਰਾ ਪਹਿਨਿਆ ਹੈ ਉਹਦੇ ਬਾਰੇ ਵੀ ਇੱਕ ਜਿਹੜਾ ਹੈ ਘੋੜੀ ਹੈਗੀ ਉਹ ਕਹਿੰਦੀ ਹੈ ਕਿ ਜਿਹੜਾ ਹੈ ਪੁੱਛਦੀ ਪਛਾਂਦੀ ਮਾਲਣ ਗਲੀ ਵਿੱਚ ਆਈ ਸ਼ਾਦੀ ਵਾਲਾ ਘਰ ਕਿਹੜਾ ਉੱਚੜੇ ਤੰਬੂ ਸਬਜ਼ ਕਨਾਤਾਂ ਸ਼ਾਦੀ ਵਾਲਾ ਘਰ ਇਹੋ ਬੈਠ ਨਹੀਂ ਮੈਲ ਆ ਨਹੀਂ ਮਾਲਣ ਬੈਠ ਦਲੀਜੇ ਆ ਨਹੀਂ ਮਾਲਣ ਬੈਠ ਦਲੀਜੇ ਕਰ ਨਹੀਂ ਸੇਰੇ ਦਾ ਮੁੱਲ ਇੱਕ ਲੱਖ ਚੰਬਾ ਦੋ ਲੱਖ ਮਰੂਆ ਤ੍ਰੈ ਲੱਖ ਸੇਰੇ ਦਾ ਮੁੱਲ ਅਤੇ ਇਸ ਤਰ੍ਹਾਂ ਉਹ ਸੇਰੇ ਦਾ ਜਿਹੜਾ ਦਾ ਵਰਣਨ ਕਰਦੀ ਹੈ ਵੀ ਕਿਸ ਤਰ੍ਹਾਂ ਉਹਨੇ ਸੇਰਾ ਗੁੰਦਿਆ ਹੋਇਆ ਹੈ ਇੱਕ ਲੱਖ ਚੰਬੇ ਦੇ ਅਤੇ ਦੋ ਲੱਖ ਮਰੂਏ ਦੇ ਮੁੱਲਾਂ ਦੇ ਨਾਲ ਅਤੇ ਉਹ ਤਿੰਨ ਲੱਖ ਜਿਹੜਾ ਹੈ ਉਸ ਸੇਰੇ ਦਾ ਮੁੱਲ ਦੱਸਦੀ ਹੈ ਅਤੇ ਬਹੁਤ ਹੀ ਚਾਅ ਦੇ ਨਾਲ ਇਹ ਸੇਰਾ ਉਹ ਲੈ ਕੇ ਆਉਂਦੀ ਹੈ ਤਾਂ ਇਹਨਾਂ ਘੋੜੀਆਂ ਦੇ ਵਿੱਚ ਅਸੀਂ ਵੇਖਦੇ ਹੈਗੇ ਹਾਂ ਸਾਡੇ ਸੱਭਿਆਚਾਰ ਦਾ ਭਰਪੂਰ ਚਿੱਤਰਨ ਹੋਇਆ ਹੈਗਾ ਜੋ ਕਿ ਸਾਡੇ ਜਿਹੜਾ ਹੈ ਵਿਰਸੇ ਦਾ ਇੱਕ ਅਟੁੱਟ ਅੰਗ ਹੈਗਾ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹ ਸਾਡਾ ਜਿਹੜਾ ਹੈ ਵਧੀਆ ਸੱਭਿਆਚਾਰਕ ਵਿਰਸਾ ਹੈ ਉਸਨੂੰ ਅਸੀਂ ਸੰਭਾਲੀਏ ਅਤੇ ਉਸਨੂੰ ਜਿਹੜਾ ਹੈ ਆਪਣੇ ਜੀਵਨ ਵਿੱਚ ਇਸ ਨੂੰ ਅਪਣਾਈਏ ਅਤੇ ਇਹ ਜਿਹੜੀਆਂ ਘੋੜੀਆਂ ਨੇ ਸ਼੍ਰੀਮਤੀ ਗੁਰਮੀਤ ਬਾਵਾ ਜੀ ਜੋ ਸਾਡੇ ਲੋਕ ਗਾਇਕ ਨੇ ਉਹਨਾਂ ਨੇ ਜਿਹੜਾ ਹੈ ਗਾਇਆ ਵੀ ਹੈ ਅਤੇ ਉਹਦੀ ਉਹਨਾਂ ਦੀ ਜਿਹੜੀ ਕੋਈ ਵੀਡੀਓ ਮਿਲੇ ਤਾਂ ਉਹ ਜ਼ਰੂਰ ਸੁਣਨਾ ਤੁਹਾਨੂੰ ਬਹੁਤ ਹੀ ਵਧੀਆ ਲੱਗੇਗਾ ਅਤੇ ਫਿਰ ਮਿਲਾਂਗੇ ਕਿਸੇ ਹੋਰ ਵਧੀਆ ਵੀਡੀਓ ਨਾਲ ਤਦ ਤੱਕ ਦੇ ਲਈ ਧੰਨਵਾਦ ਆਪਣਾ ਧਿਆਨ ਰੱਖਣਾ।